ਭਾੜਾ ਮਿੱਠਾ ਮੰਨਣਾ, ਲਾਜ਼ ਆਫ ਨੇਚਰ ਦੇ ਮੁਤਾਬਕ ਜੀਣਾ, ਰਜ਼ਾ 'ਚ ਜੀਣਾ ਅਸੀਂ ਸਿੱਖਦੇ ਹਾਂ, ਫਾਈਨ, ਫਰਸਟ੍ਰੇਸ਼ਨ ਘਟਦੀ ਜਾਂਦੀ ਹੈ, ਕਲੀਅਰ। ਫਸਟ ਕੁਐਸਚਨ, ਟਾਈਮ ਮੈਨੇਜਮੈਂਟ, ਰਾਈਟ। ਟਾਈਮ ਮੈਨੇਜਮੈਂਟ ਨੂੰ ਮੈਂ ਐਗਜ਼ਾਮਪਲ ਬਣਾਵਾਂਗਾ, ਜੇ ਤੁਹਾਡਾ ਉਹ ਵਾਲਾ ਕੁਐਸਚਨ ਨਹੀਂ ਹੈ ਤਾਂ ਤੁਸੀਂ ਮੈਨੂੰ ਇੰਟਰਪਟ ਕਰ ਸਕਦੇ ਹੋ, ਫੀਲ ਫ੍ਰੀ ਟੂ ਇੰਟਰਪਟ ਐਟ ਐਨੀ ਟਾਈਮ, ਹੈ ਨਾ। ਟਾਈਮ ਮੈਨੇਜਮੈਂਟ ਹੈ, ਸਕੂਲ ਪੇ ਟਾਈਮ ਪੇ ਨਹੀਂ ਪਹੁੰਚ ਪਾਤੀ। ਟਾਈਮ ਮੈਨੇਜਮੈਂਟ ਹੈ ਕਿ ਮੇਰਾ ਹੋਮਵਰਕ ਪੂਰਾ ਨਹੀਂ ਹੋਤਾ ਰੋਜ਼ ਕੇ ਸਕੈਜੂਅਲ ਮੇਂ। ਟਾਈਮ ਮੈਨੇਜਮੈਂਟ ਹੈ ਕਿ ਜਬ ਵੀ ਹਮ 6 ਸੇ 9 ਕੀ ਫਿਲਮ ਦੇਖਣੇ ਜਾਤੇ ਹਾਂ, ਘਰ ਵਾਲੇ ਹਮੇਸ਼ਾ ਲੇਟ ਹੋ ਜਾਤੇ ਹਾਂ। ਟਾਈਮ ਮੈਨੇਜਮੈਂਟ ਹੈ ਕਿ ਆਈ ਵਾਂਟ ਕਿ ਮੇਰੇ ਕੱਪੜੇ ਟਾਈਮ ਪੇ ਪ੍ਰੈਸ ਹੋਏ ਹੋ, ਔਰ ਰਿਕਸ਼ਾ ਵਾਲਾ ਬਾਰ ਟਾਈਮ ਪੇ ਆਇਆ ਹੋ, ਰਾਸਤੇ ਮੇਂ ਟ੍ਰੈਫਿਕ ਨਾ ਹੋ, ਔਰ ਮੇਰੇ ਕੋ ਜਾਣੇ ਮੇਂ ਕਹੀਂ ਪ੍ਰੋਬਲਮ ਨਾ ਹੋ। ਟਾਈਮ ਮੈਨੇਜਮੈਂਟ, ਟਾਈਮ ਮੈਨੇਜਮੈਂਟ, ਮੇਰੇ ਐਗਜ਼ਾਮ ਸੇ ਪਹਿਲੇ ਮੇਰਾ ਸਿਲੇਬਸ ਕੰਪਲੀਟ ਹੋ ਜਾਏ, ਔਰ ਟਾਈਮ ਮੈਨੇਜਮੈਂਟ। ਇਸ ਤਰੀਕੇ ਨਾਲ ਟਾਈਮ ਮੈਨੇਜਮੈਂਟ ਦੇ ਬੜੇ ਸਾਰੇ ਪੁਆਇੰਟਸ ਨੇ, ਇਹਨਾਂ ਤੋਂ ਇਲਾਵਾ ਕੋਈ ਹੋਰ ਬੋਲ ਸਕਦੇ ਹੋ? ਬੜੇ ਸਾਰੇ ਨੇ, ਉਹਨਾਂ 'ਚੋਂ ਕੋਈ ਮੈਂ ਜਿਹੜੇ ਬੋਲੇ ਨੇ ਇਹਨਾਂ 'ਚੋਂ ਕੋਈ ਰਿਲੇਟ ਹੋ ਰਿਹਾ? ਅੱਛਾ ਬੱਚੇ, ਇਸ ਨੂੰ ਨਾ ਟਾਈਮ ਮੈਨੇਜਮੈਂਟ ਨਹੀਂ ਕਹਿੰਦੇ ਨੇ। ਕਿਉਂ? ਕਿਉਂਕਿ ਦੁਨੀਆ ਵਿੱਚ ਸਾਡੇ ਚਾਰੋਂ ਪਾਸੇ ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇਹ ਆਕਾਸ਼ ਨਾ ਪੇੜ ਹੈ, ਇਹਦੇ ਥੱਲੇ ਨਾ ਜਿੱਦਾਂ ਪੇੜ ਥੱਲੇ ਬਰਡਸ ਰਹਿੰਦੇ ਨੇ ਨਾ, ਇਸ ਤਰ੍ਹਾਂ ਇੱਥੇ ਨਾ ਕੋਈ ਤੱਤੇ ਬੋਲਣ ਵਾਲੇ ਵੀ ਨੇ, ਕੋਈ ਮਿੱਠੇ ਬੋਲਣ ਵਾਲੇ ਵੀ ਨੇ, ਕੋਈ ਸ਼ਰੀਫ ਵੀ ਨੇ, ਕੋਈ ਬਦਮਾਸ਼ ਵੀ ਨੇ, ਕੋਈ ਐਨਾਲੋਗ ਵੀ ਨੇ, ਕੋਈ ਡਿਜੀਟਲ ਵੀ ਨੇ। ਯੂ ਅੰਡਰਸਟੈਂਡ ਐਨਾਲੋਗ ਡਿਜੀਟਲ, ਰਾਈਟ? ਤੁਸੀਂ ਮੈਨੂੰ ਪੁੱਛਿਆ ਅੱਜ 6 ਵਜੇ ਸਾਡੇ ਘਰ ਆ ਸਕਦੇ ਹੋ, ਤੁਸੀਂ 6 ਵਜੇ ਪੁੱਛਿਆ ਬਿਕੋਜ਼ ਯੂ ਆਰ ਡਿਜੀਟਲ। ਮੈਂ ਕਿਹਾ ਮੈਂ ਹਾਂ 6:30 ਆ ਜਾਵਾਂਗਾ, ਆਈ ਐਮ ਐਨਾਲੋਗ। ਇਸ ਤਰ੍ਹਾਂ ਸਾਡੇ ਚਾਰੋਂ ਪਾਸੇ ਲੋਕ ਨੇ। ਜਦੋਂ ਇਸ ਤਰੀਕੇ ਦੇ ਸਾਰ ਹਰ ਕਿਸਮਾਂ ਦੇ ਲੋਕ ਮਿਲਣਗੇ, ਇਸ ਕਿਸਮਾਂ ਦੇ ਲੋਕ ਜਦੋਂ ਮਿਲਦੇ ਨੇ, ਉਹਦੇ ਵਿੱਚ ਸਿਰਫ ਤੇ ਸਿਰਫ ਸਾਰੇ ਡਿਜੀਟਲ ਠੀਕ ਹਨ, ਅਸੀਂ ਕਹਿ ਸਕਦੇ ਹਾਂ ਸਾਰੇ ਦੇ ਸਾਰੇ ਐਨਾਲੋਗ ਹੀ ਠੀਕ ਹਨ, ਕਹਿ ਸਕਦੇ ਹਾਂ ਵੀ ਸਾਰੇ ਹੀ ਕਹਿਣ ਮੇਰੇ ਵਾਂਗੂ ਉੱਲੂ ਕਿ 6:30 ਆਏਗੇ, ਪਲੇਨ ਟੁਰਨਾ 6:30 ਉਡਾ ਦੇਣਾ, ਹੈ ਨਾ, ਐ ਨਹੀਂ ਹੁੰਦਾ ਨਾ। ਸੋ ਨਾ ਸਾਰੇ ਐਨਾਲੋਗ ਠੀਕ ਨੇ, ਨਾ ਸਾਰੇ ਐਨਾਲੋਗ ਗਲਤ ਨੇ, ਸਿਮਿਲਰਲੀ ਨਾ ਸਾਰੇ ਡਿਜੀਟਲ ਠੀਕ ਨੇ। ਪਰ ਜਿਸ ਟਾਈਮ ਮੈਨੇਜਮੈਂਟ ਦੀ ਤੁਸੀਂ ਗੱਲ ਕਰ ਰਹੇ ਹੋ, ਇਫ ਆਈ ਐਮ ਨੋਟ ਮਿਸਅੰਡਰਸਟੂਡ ਬਾਈ ਯੋਰ ਕੁਐਸਚਨ, ਮੈਨੂੰ ਲੱਗਦਾ ਤੁਸੀਂ ਡਿਜੀਟਲ ਟਾਈਮ ਮੈਨੇਜਮੈਂਟ ਦੀ ਗੱਲ ਕਰ ਰਹੇ ਹੋ, ਹੈ ਨਾ। ਹੁਣ ਐਗਜ਼ਾਮਪਲ ਦਿਓ, ਸਟੱਡੀਜ਼ ਦੇ ਅੰਦਰ ਸਾਡੇ ਵੇਲੇ 33% ਆਉਂਦੇ ਸੀ, ਟੋਟਲ 5 ਸਬਜੈਕਟਸ ਹੁੰਦੇ ਸੀ। ਅੱਜ ਦੇਰ ਆਰ ਮੈਨੀ ਸਬਜੈਕਟਸ, ਸਾਡੇ ਵੇਲੇ ਕੰਪੀਟੀਸ਼ਨ ਇਤਨਾ ਨਹੀਂ ਸੀ, ਅੱਜ ਕੰਪੀਟੀਸ਼ਨ ਜ਼ਿਆਦਾ। ਇਹਦਾ ਮਤਲਬ ਤੁਹਾਡੇ ਵੇਲੇ ਜੋ ਸਿਲੇਬਸ ਔਰ ਬੁੱਕਸ ਹੈ ਨਾ, ਸਬਜੈਕਟਸ ਨੇ, ਤੁਹਾਡੇ ਬੱਚਿਆਂ ਵੇਲੇ ਇਸ ਤੋਂ ਵੀ ਜ਼ਿਆਦਾ ਹੋ ਜਾਣਗੇ, ਹੈ ਨਾ। ਇਹ ਜਿਹੜਾ ਡਿਜੀਟਲ ਸਿਸਟਮ ਦਾ ਟਾਈਮ ਮੈਨੇਜਮੈਂਟ ਹੈ ਨਾ, ਇਹਦੇ ਬਦਲੇ ਇੱਕ ਹੋਰ ਟਾਈਮ ਮੈਨੇਜਮੈਂਟ ਹੈ, ਹੈ ਨਾ। ਉਹ ਟਾਈਮ ਮੈਨੇਜਮੈਂਟ ਹੈ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਨੀ। ਇਹਦਾ ਮੀਨਿੰਗ ਸਮਝਦੇ ਹੋ? ਅਪਰੋਕਸੀਮੇਟਲੀ ਆਮ ਤੌਰ 'ਤੇ ਕਿਹਾ ਜਾਂਦਾ, ਹਮਾਰੀ ਉਮਰ ਪਲ ਪਲ ਘੱਟ ਰਹੀ ਹੈ, ਜੈਸੇ ਘੜੇ ਮੇਂ ਸੇ ਪਾਣੀ ਕਮ ਹੋਤਾ ਜਾਏ ਤੋ ਘੜਾ ਖਾਲੀ ਹੋ ਜਾਤਾ ਹੈ, ਐਸੇ ਹਮਾਰੀ ਉਮਰ ਕੇ ਸਵਾਸ ਖਤਮ ਹੋ ਜਾਏਂਗੇ, ਹਮ ਗਿਨੇ ਹੋਏ ਸਵਾਸ ਲੈ ਕੇ ਆਏ ਹਾਂ ਔਰ ਇੱਕ ਦਿਨ ਮਰ ਜਾਏਂਗੇ। ਇਹਦੇ ਇਹ ਮੀਨਿੰਗ ਸਮਝੇ ਜਾਂਦੇ ਨੇ, ਵਾਈਡਲੀ ਪ੍ਰੀਚ ਕੀਤੇ ਜਾਂਦੇ ਨੇ, ਵਾਈਡਲੀ ਨੋਨ ਨੇ ਟ੍ਰਾਂਸਲੇਸ਼ਨਸ ਵਿੱਚ, ਰਾਈਟ। ਪਰ ਇੱਕ ਹੋਰ ਚੀਜ਼ ਹੈ, ਛਿਨ ਛਿਨ ਔਦ ਬਿਹਾਤ ਹੈ, ਮੇਰਾ ਨਾ ਐਵਰੀ ਡੇ ਐਵਰੀ ਮੂਮੈਂਟ ਜਾਇਆ ਜਾ ਰਿਹਾ। ਮੇਰੇ ਕੋਲ ਨਾ ਇੱਕ ਖਜ਼ਾਨਾ ਸੀ ਮੇਰੇ ਟ੍ਰੈਜਰ ਵਿੱਚ, ਪੇਸ਼ੈਂਸ, ਸੰਤੋਖ।
ਉਹ ਮੇਰੇ ਘੱਟ 'ਚੋਂ, ਮੇਰੇ ਘੜੇ 'ਚੋਂ, ਮੇਰੇ ਟ੍ਰੈਜ਼ਰ 'ਚੋਂ, ਮੇਰੇ ਦਿਮਾਗ 'ਚੋਂ, ਮੇਰੇ ਥੋਟ ਪ੍ਰੋਸੈਸ 'ਚੋਂ ਬੂੰਦ ਬੂੰਦ ਕਰਕੇ ਘਟਦਾ ਜਾ ਰਿਹਾ। ਡੇ ਬਾਈ ਡੇ ਫਰਸਟ੍ਰੇਸ਼ਨ ਵੱਧਦੀ ਜਾਏਗੀ। ਸਕੂਲ ਦਾ ਸਿਲੇਬਸ ਔਰ ਸਕੂਲ ਦੇ ਐਗਜ਼ਾਮਸ ਕੰਪਲੀਟ ਨਹੀਂ ਹੋਏ, ਟਾਈਮ ਮੈਨੇਜਮੈਂਟ ਹੈ, ਲੇਕਿਨ ਕਾਲਜ ਵੇਲੇ ਪ੍ਰੋਬਲਮ ਦੀ ਸ਼ਕਲ ਕੁਛ ਹੋਰ ਬਣ ਜਾਏਗੀ। ਜਿੱਥੇ ਕਾਰਪੋਰੇਟ ਸੈਕਟਰ ਜਾ ਕੇ ਜੋਬ ਕਰੋਗੇ ਉੱਥੇ ਕੁਛ ਹੋਰ ਬਣ ਜਾਏਗੀ ਟਾਈਮ ਮੈਨੇਜਮੈਂਟ ਦੀ ਸ਼ਕਲ। ਔਰ ਉਸ ਤੋਂ ਬਾਅਦ ਜਦੋਂ ਵਿਆਹ ਜਾਓ, ਪਤੀ ਪਤਨੀ ਔਰ ਬੱਚੇ ਔਰ ਸੱਸ ਵਗੈਰਾ ਨਾਲ ਡੀਲ ਕਰਨ ਵੇਲੇ ਕੁਛ ਹੋਰ ਬਣ ਜਾਏਗੀ। ਸਭ ਜਗ੍ਹਾ ਨਾ ਇੱਕ ਟਾਈਮ ਮੈਨੇਜਮੈਂਟ ਕੰਮ ਆਏਗੀ, ਉਹ ਹੈ ਕਿ ਜਿਤਨਾ ਜਲਦੀ ਤੋਂ ਜਲਦੀ ਆਪਣਾ ਸੰਤੋਖ ਦਾ, ਕੰਟੈਂਟਮੈਂਟ ਦਾ, ਪੇਸ਼ੈਂਸ ਦਾ ਜਿਹੜਾ ਲੈਵਲ ਹੈ ਨਾ ਉਹਨੂੰ ਇਨਕਰੀਜ਼ ਕਰਦੇ ਜਾਈਏ, ਤਾਂ ਕਿ ਹਰ ਵੇਲੇ ਉਹਨੂੰ ਡੀਲ ਕਰਨਾ ਆ ਸਕੇ। ਰਾਈਟ? ਸੋ ਐਕਚੁਅਲ ਟਾਈਮ ਮੈਨੇਜਮੈਂਟ ਇਹ ਸਿੱਖਣੀ ਹੈ। ਹੁਣ ਉਹਨੂੰ ਸਿੱਖਣ ਨਾਲ ਕੀ ਹੋਏਗਾ? ਸੰਤੋਖ ਆ ਗਿਆ, ਫੋਰ ਐਗਜ਼ਾਮਪਲ, ਸੰਤੋਖ ਦਾ ਲੈਵਲ ਵਧੇਗਾ ਨਾ, ਸਬਰ ਦਾ ਨਾਲ ਹੀ ਵਧਣਾ ਸ਼ੁਰੂ ਹੋ ਜਾਏਗਾ। ਸਬਰ ਹੁੰਦਾ ਟੋਲਰੈਂਸ, ਜਿਉਂ ਹੀ ਸਬਰ ਦਾ ਵਧਣਾ ਸ਼ੁਰੂ ਹੋਏਗਾ, ਫਰਸਟ੍ਰੇਸ਼ਨ ਤੁਸੀਂ ਕਿਹਾ ਨਾ ਆਪੇ ਘਟਦੀ ਜਾਏਗੀ। ਇਹਦਾ ਮਤਲਬ ਸਿੱਖਣਾ ਸਬਰ, ਸੰਤੋਖ, ਸਬਰ ਅੰਦਰ ਸਾਬਰੀ, ਇਉਂ ਤਨ ਜਾਲੇਨ। ਹੁਣ ਨਜ਼ੀਕ ਖੁਦਾਏ ਦੇ, ਰੱਬ ਦੇ ਨੇੜੇ ਹੋ ਜਾਂਦੇ ਨੇ। ਇਹਦਾ ਮਤਲਬ ਰੱਬ ਦੇ ਨੇੜੇ ਹੋਣਾ ਸੰਤੋਖ ਕਹਿਲਾਉਂਦਾ, ਕੰਟੈਂਟਮੈਂਟ ਪੇਸ਼ੈਂਸ ਕਹਿਲਾਉਂਦੀ ਹੈ, ਇਹ ਗੁੱਡ ਕੁਆਲਿਟੀ ਆ। ਇਹਦੀ ਮੈਨੇਜਮੈਂਟ ਐਕਚੁਅਲ ਟਾਈਮ ਮੈਨੇਜਮੈਂਟ ਕਹਿਲਾਉਂਦੀ ਆ। ਠੀਕ ਹੈ? ਅੱਛਾ, ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ, ਇਹਦਾ ਸਬਰ ਸੰਤੋਖ ਸਿੱਖਦੇ ਜਾਓ। ਸਬਰ ਸੰਤੋਖ ਨਾਲ ਕੀ ਹੋਏਗਾ? ਮੈਂ ਇੱਕ ਐਗਜ਼ਾਮਪਲ ਬਣਾਉਂਦਾ। ਤੁਹਾਡੇ ਭਰਾ ਨੂੰ ਔਰ ਤੁਹਾਨੂੰ ਦੋਵਾਂ ਨੂੰ ਮੂਲੀ ਦਾ ਪਰਾਂਠਾ ਪਸੰਦ ਹੈ। ਮੰਮੀ ਨੇ ਇੱਕ ਇੱਕ ਪਰਾਂਠਾ ਬਣਾਇਆ, ਮਸਾਂ ਥੋੜ੍ਹੀ ਜਿਹੀ ਮੂਲੀ ਸੀ, ਮੱਥਾ ਥੋੜ੍ਹਾ ਟਾਈਮ ਸੀ, ਵਟ ਐਵਰ, ਇੱਕ ਇੱਕ ਪਰਾਂਠਾ ਬਣਾਇਆ। ਤੁਹਾਡੇ ਭਰਾ ਨੂੰ ਜਾਂ ਤੁਹਾਡੀ ਮੰਮੀ ਨੂੰ ਤੁਹਾਡੇ ਪਰਾਂਠੇ 'ਚ ਹੋਰ ਹਿੱਸਾ ਚਾਹੀਦਾ, ਤੁਸੀਂ ਉਹਨਾਂ ਨਾਲ ਵੰਡ ਕੇ ਛੱਕ ਲਿਆ, ਆਪਣੇ ਭਰਾ ਨੂੰ ਪਿਆਰ ਨਾਲ ਅੱਧਾ ਹੋਰ ਦੇ ਦਿੱਤਾ, ਤੁਸੀਂ ਸੰਤੋਖ ਕੀਤਾ? ਤੁਹਾਨੂੰ ਸਮਝ ਆ ਗਈ ਹਾਊ ਟੂ ਸ਼ੇਅਰ? ਤੁਹਾਡੇ ਭਰਾ ਦਾ ਸੰਤੋਖ ਲੈਵਲ ਵਧਿਆ ਕਿ ਨਹੀਂ ਵਧਿਆ? ਡਿਮਾਂਡ ਲੈਵਲ ਵੱਧ ਗਿਆ, ਲੇਕਿਨ ਤੁਹਾਨੂੰ ਸੰਤੋਖ ਲੈਵਲ ਸਮਝ ਆ ਗਿਆ। ਪੇਸ਼ੈਂਸ, ਸਬਰ, ਵੰਡ ਛੱਕਣਾ, ਸ਼ੇਅਰਿੰਗ, ਕਿੰਨੇ ਸਾਰੇ ਚੰਗੇ ਗੁਣ ਤੁਹਾਨੂੰ ਸਮਝ ਆ ਗਏ। ਆ ਗਏ? ਇਹਦਾ ਮਤਲਬ ਤੁਸੀਂ ਅੱਧੇ ਪਰਾਂਠੇ ਨਾਲ ਗੁਜ਼ਾਰਾ ਚਲਾਇਆ, ਫਾਈਨ। ਸਵਿੱਚ, ਤੁਹਾਡੇ ਐਗਜ਼ਾਮ ਹੋਣੇ ਨੇ, ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ, ਤੁਸੀਂ ਇੰਜੀਨੀਅਰ ਬਣਨਾ ਚਾਹੁੰਦੇ ਹੋ, ਤੁਸੀਂ ਪ੍ਰਿੰਸੀਪਲ ਬਣਨਾ ਚਾਹੁੰਦੇ ਹੋ, ਤੁਸੀਂ ਕੁਛ ਵੀ ਕਰਨਾ ਚਾਹੁੰਦੇ ਹੋ, ਉਹਦੇ ਨੰਬਰ ਨਹੀਂ ਆਏ, ਆਧਾ ਪਰਾਂਠਾ ਲੈ ਜਾਓ, ਮੈਂ ਬਿਨਾਂ ਆਧੇ ਪਰਾਂਠੇ ਕੇ ਜੀ ਸਕਤੀ ਹੂੰ, ਇਤਨੇ ਨੰਬਰ ਨਹੀਂ ਆਏ ਤੋ ਸੋ ਵਾਟ, ਮੈਨੇ ਕੋਈ ਸੁਪਰਮੈਨ ਬਣਨਾ ਹੀ ਨਹੀਂ, ਸੁਪਰ ਵੂਮੈਨ ਬਣਨਾ ਹੀ ਨਹੀਂ ਹੈ। ਵੈਸੇ ਵੀ ਅੱਜ ਦੀ ਡੇਟ 'ਚ ਸੁਪਰ ਵੂਮੈਨ ਬਣਨ ਵਾਸਤੇ ਤਾਂ 99% ਕੱਪੜੇ ਉਤਾਰਨੇ ਹੁੰਦੇ ਨੇ, ਬਾਡੀ ਦੇ ਐਟਰੀਬਿਊਟਸ ਦਿਖਾਉਣੇ ਹੁੰਦੇ ਨੇ, ਫਿਗਰ ਦਿਖਾਉਣੀ ਹੁੰਦੀ ਹੈ, ਸਵਿਮਿੰਗ ਕੈਸੇ ਕਰਤੀ ਹੂੰ ਦਿਖਾਉਣਾ ਹੁੰਦਾ ਹੈ, ਹੇਅਰ ਸਟਾਈਲ ਦਿਖਾਉਣੇ ਹੁੰਦੇ ਨੇ। ਸੁਪਰ ਵੂਮੈਨ ਔਰ ਸੁਪਰਮੈਨ ਬਣਨੇ ਕੇ ਲੀਏ ਤੋ ਡੋਲੇ ਦਿਖਾਉਣੇ ਹੋਤੇ ਹੈ, ਬਾਡੀ ਕੇ ਅੰਗ ਦਿਖਾਉਣੇ ਹੋਤੇ ਹੈ। ਤੁਸੀਂ ਕਹੋ ਮੈਨੇ ਸੁਪਰ ਵੂਮੈਨ ਬਣਨਾ ਹੀ ਨਹੀਂ, ਮੇਰੇ ਕੋਈ ਵੀ ਮਿਸ ਯੂਨੀਵਰਸ ਔਰ ਐਸ਼ਵਰਿਆ ਰਾਏ ਬਣਨਾ ਹੀ ਨਹੀਂ ਹੈ, ਮੈਨੇ ਕਿਸੇ ਕੋ ਪ੍ਰੂਵ ਨਹੀਂ ਕਰਨਾ ਕਿ ਮੈਂ ਪੜ੍ਹਾਈ ਮੈਂ ਬਹੁਤ ਜੀਨੀਅਸ ਹੂੰ, ਮੈਂ ਆਪਣੇ ਬੀਂਗ ਵਿੱਚ, ਆਪਣੇ ਪੈਸ਼ਨ ਵਿੱਚ ਸਿੰਸੀਅਰਲੀ ਆਪਣੇ ਟਾਈਮ ਨੂੰ ਜੁਡੀਸ਼ਲੀ ਮੈਨੇਜ ਕਰਾਂਗੀ ਕਿ ਮੈਨੂੰ ਜਦੋਂ ਟਾਈਮ ਮਿਲੇਗਾ ਮੈਂ ਸੁਪਰਫਲੂਅਸ ਨਿਕੰਮੇ ਕੰਮਾਂ 'ਚ ਜ਼ਾਇਆ ਨਹੀਂ ਕਰਾਂਗੀ, ਪੜ੍ਹਾਂਗੀ, ਜਿਤਨੇ ਨੰਬਰ ਆਏ ਸੋ ਵਾਟ, ਐਡਮਿਸ਼ਨ ਜਾਂ ਮਿਲੇਗੀ ਦੇਖਾ ਜਾਏਗਾ। ਮੇਰਾ ਡਰੀਮ ਹੈ ਮੇਰੇ ਕੋਲ ਫਲਾਨੇ ਕਾਲਜ ਮੇ ਮਿਲੇ, ਅਗਰ ਫਲਾਨੇ ਕਾਲਜ ਮੇ ਨਹੀਂ ਮਿਲੀ ਤੋ ਆਧਾ ਪਰਾਂਠਾ ਕੋਈ ਹੋਰ ਲੈ ਗਿਆ ਤੋ ਕਿਆ ਹੋਆ, ਮੈਂ ਕਿਸੇ ਹੋਰ ਕਾਲਜ ਮੇ ਲੈ ਲੂੰਗੀ। ਫਾਈਨਲੀ ਪਤਾ ਲੱਗਦਾ ਕਾਲਜ ਦਾ ਨਾਂ ਹੀ ਹੁੰਦਾ ਸਿਰਫ ਪੀਅਰ ਪ੍ਰੈਸ਼ਰ ਕਰਕੇ, ਪੜ੍ਹਨੇ ਵਾਲਾ ਬੱਚਾ ਤੋ ਨਿਕੰਮੇ ਕਾਲਜ ਮੇ ਵੀ ਜਾ ਕੇ ਪੜ੍ਹ ਹੀ ਸਕਦਾ ਹੈ ਨਾ। ਸੋ ਬੱਚੇ ਟਾਈਮ ਮੈਨੇਜਮੈਂਟ ਪਤਾ ਕੀ ਕਰਨੀ ਆ, ਹਾਊ ਟੂ ਲਰਨ ਸਹਿਜ, ਸੰਤੋਖ, ਮਿੱਠੇ ਬੋਲ, ਗੁੱਡ ਕਰੈਕਟਰ, ਵੱਡਿਆਂ ਦਾ ਸਤਿਕਾਰ, ਨਮਰਤਾ, ਹੰਬਲਨੈਸ, ਐਂਡ ਦੇਅਰ ਯੂ ਆਰ, ਯੂਅਰ ਟਾਈਮ ਇਜ਼ ਮੈਨੇਜਡ, ਯੂਅਰ ਲਾਈਫ ਬ੍ਰੈਥ ਕੈਨ ਨਾਟ ਬੀ ਮੈਨੇਜ ਕੇ ਵੋ ਸਵਾਸ ਆਪਕੇ ਬਚਾ ਲੀਏ ਗਏ, ਲੇਕਿਨ ਆਪਕੋ ਨਾ ਇੱਕ ਡਿਵਾਈਨ ਟ੍ਰੈਜਰ ਪ੍ਰਾਪਤ ਹੋ ਗਿਆ, ਦੈਟ ਇਜ਼ ਰੀਅਲ ਟਾਈਮ ਮੈਨੇਜਮੈਂਟ ਹੈ ਨਾ। ਇਹਨੂੰ ਇਸ ਟਾਈਮ ਮੈਨੇਜਮੈਂਟ ਦਾ ਅਸੀਂ ਪੂਰਾ ਸੈਮੀਨਾਰ ਕੀਤਾ ਆ, ਉਹਦੀ ਟੇਪ ਸੁਣਨਾ, ਸੀ ਡੀ ਸੁਣਨਾ,
ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹ ਹੀ ਲਾਓ, ਤੁਹਾਡੇ ਕੋਲ ਲਾਈਫ ਹੈ, ਇਹਦੇ ਅੰਦਰ ਇਹ ਵਾਲੇ ਗੁਣ ਸਿੱਖ ਲਓ, ਇਹ ਟ੍ਰੈਜਰ ਨੂੰ ਐਜ ਸੂਨ ਐਜ ਪੋਸੀਬਲ ਫੈਚ ਕਰ ਲਵੋ, ਐਂਡ ਦੇਅਰ ਯੂਅਰ ਟਾਈਮ ਇਜ਼ ਮੈਨੇਜਡ। ਫਾਈਨ, ਮੇਕ ਸੈਂਸ? ਕੈਨ ਯੂ ਅਪਲਾਈ ਇਟ? ਟ੍ਰਾਈ ਇਟ। ਥੈਂਕ ਯੂ। ਕਹਿ ਰਹੇ ਨੇ ਕਿ ਵੀ ਇੱਕ ਸਾਲ ਦੇ ਅੰਦਰ ਅੰਦਰ ਮੈਂ ਕਾਲਜ ਵਿੱਚ ਜਾਣ ਵਾਲਾ ਹਾਂ, ਅਤੇ ਤੁਸੀਂ ਮੈਨੂੰ ਕੋਈ ਇਸ ਤਰ੍ਹਾਂ ਦੇ ਗਾਈਡਲਾਈਨਸ ਟਿਪਸ ਦੇ ਸਕਦੇ ਹੋ, ਐਡਵਾਈਸ ਦੇ ਸਕਦੇ ਹੋ ਕਿ ਫਿਰ ਮੈਂ ਆਪਣੀ ਲਾਈਫ ਵਿੱਚ ਕਿਵੇਂ ਹੈਪੀਲੀ ਖੁਸ਼ੀ ਨਾਲ ਅੱਗੇ ਵਧਾਂ, ਔਰ ਸ਼ਰਾਬ ਸਿਗਰੇਟ ਜਾਂ ਹੋਰ ਇਹੋ ਜਿਹੇ ਜੋ ਇੱਧਰ ਉੱਧਰ ਲਿਜਾਣ ਵਾਲੀ ਚੀਜ਼ਾਂ ਨੇ ਉਹਨਾਂ ਤੋਂ ਕਿਵੇਂ ਬਚਾਂ? ਸੋ ਹੀ ਇਜ਼ ਗੋਇੰਗ ਟੂ ਕਾਲਜ, ਮਿਸਟਰ ਤੇਜਸ ਭਾਰਦਵਾਜ ਕਾਲਜ ਜਾ ਰਿਹਾ, ਔਰ ਹੈਪੀਲੀ ਕਿਵੇਂ ਜਾਵਾਂ ਔਰ ਈਵਲਸ ਤੋਂ ਕਿਵੇਂ ਛੁੱਟਾਂ? ਹਾਂਜੀ, ਮਾਈਕ ਦੇ ਦਿਓ ਇਫ ਯੂ ਵਾਂਟ ਟੂ, ਪਲੀਜ਼ ਗਿਵ ਹਿਮ ਦ ਮਾਈਕ। ਸਰ, ਗੁੱਡ ਮਾਰਨਿੰਗ ਮੈਮ। ਅੱਛਾ, ਫਸਟ ਆਫ ਆਲ ਆਈ ਵੁੱਡ ਲਾਈਕ ਟੂ ਥੈਂਕ ਯੂ ਦੈਟ ਯੂ ਕੇਮ ਟੂ ਆਰ ਸਕੂਲ ਐਂਡ ਗੇਵ ਅਸ ਸੱਚ ਅ ਫਰੂਟਫੁਲ ਇਨਫੋਰਮੇਸ਼ਨ, ਐਂਡ ਆਮ ਸ਼ੋਰ ਇਟ ਵੁੱਡ ਸ਼ੋਰਲੀ ਹੈਲਪ ਆਲ ਆਫ ਅਸ ਇਨ ਮੇਕਿੰਗ ਆਰ ਕਰੀਅਰ ਬੈਟਰ। ਥੈਂਕ ਯੂ। ਆਈ ਵੁੱਡ ਮੋਰ ਓਵਰ ਆਈ ਵੁੱਡ ਆਲਸੋ ਲਾਈਕ ਟੂ ਥੈਂਕ ਪ੍ਰਿੰਸੀਪਲ ਮੈਮ ਦੈਟ ਸ਼ੀ ਕਾਲਡ ਸੱਚ ਅ ਫੇਮਸ ਪਰਸਨੈਲਿਟੀ ਐਂਡ ਥੈਂਕਸ ਕਰ ਰਹੇ ਗੇਵ ਅਸ ਪਲੈਟਫਾਰਮ ਟੂ ਅੰਡਰਸਟੈਂਡ ਆਲ ਦਿਸ। ਰਿਪੀਟ ਇਟ ਅਗੇਨ, ਥੈਂਕਸ ਟੂ ਪ੍ਰਿੰਸੀਪਲ ਜੀ। I would like to thank Principal Ma'am that she called such a famous personality in our school and gave us such a platform to understand the basic and true roots of discipline. Thanks, tak theek hai bachche, I am not a personality who is famous. That after, approximately after 1 year, I would be entering my college life and I need some advices and tips so that I can live my college life better by deleting all this mess like alcohol and cigarettes from my life. Very good. At present, I don't think so you are involved in those evils, cigarette, drug or sharab. Wow. But I appreciate Tejasji, aapne itna zordar question kiya hai. Yehi sabka hoga. Jo log cigarette peete hain, sharab peete hain, wo ye question karne mein sharmate honge, par wo bhi chahte honge. Hai na? So aapka sare students ke saath relate hota hai question. Bache, hum na happily kaise jaye college mein? ਯਹੀ ਤੱਕ ਇਸ਼ੂ ਹੈ। ਹੈਪੀਲੀ ਹੈਪੀਲੀ ਤੋਂ ਆਈ ਥਿੰਕ ਫੋਰ ਐਵਰ ਵੀ ਹੈਵ ਟੂ, ਐਵਰੀਬਾਡੀ ਵਾਂਟਸ ਹੈਪੀਨੈਸ, ਹੈ ਨਾ? ਜੀ ਅੱਛਾ, ਵੋ ਅਬ ਵੋ ਹੋਤੇ ਪਤਾ ਕਿਉਂ ਹੈ? ਮੈਕਸੀਮਮ ਹਮਾਰੇ ਜੋ ਸਾਥੀ ਹੈ ਨਾ, ਦੂਸਰੀ ਜੋ ਹਵੇਲ ਮਛਲੀਆਂ ਨਾ, ਇਹ ਸ਼ਾਰਕ ਬਣ ਜਾਤੀ ਹੈ ਔਰ ਇਹ ਹਮਕੋ ਕਹਿਤੀ ਹੈ ਤੂੰ ਸ਼ਰਾਬ ਨਹੀਂ ਪੀਤਾ, ਉਹ ਬੜਾ ਸ਼ਰਵਣ ਪੁੱਤਰ ਹੋ ਗਿਆ ਹੈ, ਉਹ ਬੜਾ ਗਿਆਨੀ ਹੋ ਗਿਆ, ਉਹ ਬੜਾ ਸ਼ਰੀਫ ਹੋ ਗਿਆ, ਉਹ ਭਗਵਾਨ ਪੁੱਛੇਗਾ ਮਰਨੇ ਕੇ ਬਾਅਦ ਮੈਨੇ ਧਰਤੀ ਪੇ ਸ਼ਰਾਬ ਬਣਾਈ ਥੀ, ਤੂਨੇ ਪੀ ਨਹੀਂ। ਐਸੇ ਨਾ ਵੋ ਹਮਕੋ ਨਾ ਪ੍ਰਵੋਕ ਕਰਤੇ ਹੈ ਨਾ, ਵੋ ਹਮਾਰੇ ਪੀਅਰਸ ਬਣ ਜਾਤੇ ਹੈ। ਅਬ ਉਨਕੋ ਖੁਸ਼ ਕਰਨੇ ਕੇ ਲੀਏ ਹਮ, ਆਪ ਇੱਕ ਬਾਤ ਯਾਦ ਰੱਖਣਾ, ਆਪ ਸਾਰੋ ਕੋ ਇਹ ਬਾਤ ਸਮਝ ਲੈਣੀ ਹੈ ਕਿ ਹਮ ਸੋਚ ਰਹੇ ਹੋਤੇ ਹੈ ਮੈਂ ਜਿਸ ਸਕੂਲ ਮੈਂ ਹੂੰ ਇਹ ਮੇਰੇ ਫਰੈਂਡਸ ਫੋਰ ਐਵਰ ਹੈ, ਪਰ ਵੋ ਕਾਲਜ ਮੈਂ ਜਾਤੇ ਹੀ ਸਾਰੇ ਅਲੱਗ ਅਲੱਗ ਕਾਲਜ ਮੈਂ ਹੋ ਜਾਤੇ ਹੈ, ਫਿਰ ਹਮ ਕਾਲਜ ਮੈਂ ਸਮਝ ਲੈਤੇ ਹੈ ਕਿ ਇਹ ਕਾਲਜ ਵਾਲੇ ਫਰੈਂਡਸ ਹੀ ਮੇਰੇ ਮਾਈ ਬਾਪ ਹੈ, ਹੈ ਨਾ? ਵੋ ਕਾਲਜ ਵਾਲੇ ਫਰੈਂਡਸ ਵੀ ਜਬ ਕਿਸੀ ਕੇ ਨੰਬਰ ਕਮ ਕਿਸੀ ਕੇ ਜ਼ਿਆਦਾ, ਕੋਈ ਡਾਕਟਰ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ, ਕੋਈ ਆਈ ਟੀ ਮੈਂ ਗਿਆ, ਕੋਈ ਕਹੀਂ ਗਿਆ, ਕੋਈ ਫੋਰਨ ਚਲਾ ਗਿਆ, ਕੋਈ ਬਿਜ਼ਨਸ ਮੈਂ ਚਲਾ ਗਿਆ, ਵੋ ਵੀ ਸਾਰੇ ਛੂਟ ਹੀ ਜਾਤੇ ਹੈ। 99.9% ਸਾਰੇ ਫਰੈਂਡਸ ਛੂਟ ਜਾਤੇ ਹੈ ਜਿਨਕੋ ਹਮਨੇ ਮਾਈ ਬਾਪ ਬਣਾਇਆ, ਜਿਨਕੋ ਖੁਸ਼ ਕਰਨੇ ਕੇ ਲੀਏ ਹਮਨੇ ਪੀਅਰ ਪ੍ਰੈਸ਼ਰ ਲੈ ਕੇ ਔਰ ਸਾਰੇ ਈਵਲਸ ਜੁਆਇਨ ਕਰ ਲੀਏ। ਅਬ ਕਾਮਨ ਫੈਕਟਰ ਹਮਾਰੇ ਪਾਸ ਕੌਣ ਸਾ ਬਚਾ? ਵਾਓ, ਵੈਰੀ ਨਾਈਸ, ਕਾਮਨ ਫੈਕਟਰ ਪੇਰੈਂਟਸ ਬੱਚੇ। ਪੇਰੈਂਟਸ ਨੈਵਰ ਵਾਂਟ ਕਿ ਹਮ ਸਿਗਰੇਟ ਸ਼ਰਾਬ ਪੀਏ, ਪੇਰੈਂਟਸ ਨੈਵਰ ਵਾਂਟ ਕਿ ਹਮ ਈਵਲਸ ਮੇ ਜਾਏ, ਤੋ ਹਮ ਪੇਰੈਂਟਸ ਕੋ ਇਗਨੋਰ ਕਰ ਗਏ। ਕਿਨ ਕੇ ਲੀਏ? ਜੋ ਹਮਾਰੇ ਸਾਥ 4 ਦਿਨ ਰਹੇਗੇ ਉਨਕੋ ਮਾਈ ਬਾਪ ਬਣਾ ਲਿਆ। ਇਸਕਾ ਮਤਲਬ ਜਬ ਪੀਅਰਸ ਹਮਕੋ ਤੰਗ ਕਰਤੇ ਹੈ, ਪੀਅਰਸ ਕੇ ਤੰਗ ਕਰਨੇ ਵਾਲੋਂ ਕੋ ਇੰਗਲਿਸ਼ ਮੇ ਬੁਲੀ ਬੋਲਤੇ ਹੈ, ਹੈ ਨਾ? ਸੋ ਪਹਿਲਾ ਕਾਮ ਕਿਆ ਕਰੇਂਗੇ? ਬੁਲੀ ਕਰਨੇ ਵਾਲਾ ਮੇਰੇ ਕੋ ਬੁਲੀ ਨਾ ਕਰੇ, ਯਾ ਮੈਂ ਕਿਸੀ ਕੋ ਬੁਲੀ ਨਾ ਕਿਆ ਕਰੂੰ? ਵੈਰੀ ਨਾਈਸ ਤੇਜਸ, ਯੂ ਆਰ ਵੈਰੀ ਤੇਜ ਮਾਈ ਡੀਅਰ। ਬਹੁਤ ਅੱਛਾ, ਸੋ ਪਹਿਲਾ ਕਾਮ ਇਹ ਸਿੱਖੇਂਗੇ ਮੈਂ ਕਿਸੀ ਕੋ ਬੁਲੀ ਨਾ ਕਰੂੰ ਫੋਰ ਐਨੀਥਿੰਗ। ਉਸਕੇ ਬਾਪ ਕੇ ਪਾਸ ਕਾਰ ਨਹੀਂ ਹੈ,
या उसके पास सेल फोन नहीं है, या उसके पास ब्रांड नेम की चीज़ें नहीं हैं, या उसने फलानी मूवी नहीं देखी, या उसके साथ कोई कुड़ी फंसी नहीं हुई, कोई भी बात, मैं किसी भी बात पे बुली नहीं करूँगा। इसको पता क्या बोलते हैं, निंदा पली किसे की ना आए, कर ना सुने काऊ की निंदा। ये हमने जी लिया। सो पहला तो काम मैंने ये शुरू किया कि मैं इस ओशन को पॉल्यूट नहीं किया करूंगा बुली करके, क्योंकि बुली करने से मेरे गंदी आदतें बनती थी। फाइन। सेकंड, जब मैं बुली करना छोड़ दूंगा ना, नंबर वन राइट साइड में बना रहा हूं, बुली करने वालों के कारण मैं बिगड़ गया। सो मैंने पहला काम पता क्या शुरू किया, मैं बुली नहीं किया करूंगा। जब मैं बुली नहीं ना किया करूंगा, मेरी पेशेंस टॉलरेंस लेवल बढ़ गया और मेरा इंट्रोस्पेक्शन सिर्फ अपनी तरफ देखने वाली आदत ज्यादा हो गई, मेरा पलड़ा भारी हो गया। ये बुली करने वाले लोगों का, निंदा करने वालों का पलड़ा कमजोर हो गया। अब मेरे को पीयर प्रेशर में भावें स्कूल है तो भावें कॉलेज है, जो मर्जी कुछ करे, मेरा तो पलड़ा भारी है, मेरे को पीयर प्रेशर वाला कुछ कर नहीं सकता, क्योंकि मैं किसी को पीयर देता ही नहीं हूं, मैं किसी को बुली करता ही नहीं हूं, मेरे को भी कोई नहीं कर सकता, है ना। हाँ, अगर मैं किसी कुड़ी नु छेड़ा तो फिर कुड़ियां ही मैंने छेड़न गया ना, है ना। सो मैं किसी कुड़ी नु छेड़ता ही नहीं, मैं किसी मुंडे नु कहता ही नहीं कि तेरे पास कौन सी ऐश्वर्या राय है, है ना। सो ए गेम सीख दिया, दिस इज कॉल्ड रिलीजन। Whatsoever you see anything wrong, evils in others, don't do it at your end. Introspection starts. Apni girewan mein chalte. And this gives us happiness. Pata ki hai? Schools de vich, teachers, corporate secretaries, workers of any status, or college with professors. ਇਹ ਸਾਰੇ ਜਿਤਨੇ ਵੀ ਨਾ ਜੋਬਸ ਕਰਦੇ ਨੇ ਨਾ, ਇਹਨਾਂ ਦੇ ਅੰਦਰ ਨਾ ਸਾਰਿਆਂ ਦਾ ਦਿਮਾਗ ਇਹ ਹੁੰਦਾ, ਮੈਂ ਪ੍ਰਿੰਸੀਪਲ ਕੋ ਔਰ ਡਿਪਾਰਟਮੈਂਟ ਵਾਲੋ ਕੋ ਕਿਸੀ ਤਰ੍ਹਾਂ ਖੁਸ਼ ਕਰ ਲੂੰ, ਖੁਸ਼ ਕਰਨੇ ਕੇ ਲੀਏ ਦੂਸਰੇ ਕੀ ਨਿੰਦਾ ਕਰੂੰ, ਹੈ ਨਾ। ਇਸ ਕਰਕੇ ਬੜੀ ਭਾਰੀ ਪੋਲੀਟਿਕਸ ਚੱਲਦੀ ਹੈ, ਰਾਈਟ। ਸੋ ਮੈਂ ਇਸ ਪੋਲੀਟਿਕਸ ਸੇ ਛੂਟਨਾ ਹੈ। ਅਬ ਟੀਚਰਸ ਕਿਆ ਕਰਤੀ ਹੈ, ਪੋਲੀਟਿਕਸ ਕਿਆ ਕਰਤੀ ਹੈ, ਸਟਾਫ ਰੂਮ ਮੇਂ ਆਪਸ ਮੇਂ ਬੈਠ ਕੇ ਇੱਕ ਦੂਸਰੇ ਸੇ ਧੜੇਬਾਜ਼ੀ ਕਰਦੀ ਹੈ, ਰੁਸ ਜਾਂਦੀਆਂ ਨੇ, ਮੈਂ ਉਹਦੇ ਨਾਲ ਨਹੀਂ ਬਹਿਣਾ, ਮੈਂ ਉਹਦੇ ਨਾਲ ਬੈਠਾਂਗੀ, ਅਲੱਗ ਅਲੱਗ ਗਰੁੱਪ ਬਣਾ ਬਣਾ ਕੇ ਬੈਠਦੀਆਂ, ਰੁਸ ਰੁਸ ਕੇ ਬੈਠਦੀਆਂ, ਹੈ ਨਾ। ਹੁਣ ਇਹ ਟੀਚਰ ਸਟਾਫ ਰੂਮ ਵਿੱਚ ਨਾ ਪੋਲੀਟਿਕਸ ਖੇਡਦੀਆਂ, ਪੋਲੀਟਿਕਸ ਖੇਡ ਕੇ ਪ੍ਰਿੰਸੀਪਲ ਦੇ ਕੰਨ ਭਰਦੀਆਂ, ਫਲਾਣੀ ਮੈਮ ਚੰਗੀ ਨਹੀਂ ਹੈ, ਉਹ ਵਾਲੇ ਬੱਚੋਂ ਨੇ ਇਹ ਕਿਹਾ ਥਾ, ਉਸਕੇ ਕਾਰਨ ਕਿਹਾ ਥਾ, ਮੈਂ ਤਾਂ ਬਹੁਤ ਚੰਗੀ ਹਾਂ, ਐਸੇ ਕਰਦੀਆਂ ਕਰਦੀਆਂ ਨਾ। ਅੱਛਾ, ਉਹਨਾਂ ਦੀ ਇਸ ਪੋਲੀਟਿਕਸ ਦੇ ਵਿਕਟਿਮ ਅਸੀਂ ਬਣ ਜਾਂਦੇ ਹਾਂ। ਉਸ ਕੀ ਹੋਇਆ ਕਿ ਸ਼ੀ ਇਜ਼ ਨੋਟ ਹੈਪੀ, ਦੈਟਸ ਵਾਈ ਸ਼ੀ ਇਜ਼ ਇਨਵੋਲਵਡ, ਦੈਟਸ ਵਾਈ ਸ਼ੀ ਇਜ਼ ਡਰੈਗਡ ਇਨ ਦਿਸ ਕਾਇੰਡ ਆਫ ਡਰਟੀ ਪੋਲੀਟਿਕਸ। ਫਾਈਨ। ਸੋ ਉਹ ਹੈਪੀ ਨਹੀਂ ਹੈ, ਇਸ ਕਰਕੇ ਇੰਝ ਕਰਦੀ ਹੈ, ਤਾਂ ਇਹਦੇ ਕਾਰਨ ਸਾਨੂੰ ਵੀ ਅਨਹੈਪੀਨੈਸ ਦੇ ਜਾਂਦੀ ਹੈ। ਉਹ ਪੋਲੀਟਿਕਸ ਦਾ ਗੁੱਸਾ, ਪ੍ਰਿੰਸੀਪਲ ਦਾ ਗੁੱਸਾ, ਮੈਨੇਜਮੈਂਟ ਦਾ ਗੁੱਸਾ, ਪ੍ਰਮੋਸ਼ਨ ਨਹੀਂ ਮਿਲੀ, ਬੋਨਸ ਨਹੀਂ ਮਿਲਿਆ, ਪੇਰੈਂਟਸ ਨੇ ਬੁਰਾ ਭਲਾ ਕਹਾ ਹੈ, ਇਹ ਸਾਰੀਆਂ ਗੱਲਾਂ ਦਾ ਗੁੱਸਾ ਨਾ ਬੱਚਿਆਂ ਤੇ ਕੱਢ ਦਿੰਦੀ ਹੈ, ਹੈ ਨਾ, ਹੈ ਨਾ। ਅੱਛਾ, ਬੱਚਿਆਂ ਨੂੰ ਅਨਹੈਪੀਨੈਸ ਦੇ ਜਾਂਦੀ, ਬੱਚੇ ਤਾਂ ਵੈਸੇ ਹੀ ਘਰੋਂ ਅਨਹੈਪੀ ਆਏ ਨੇ, ਕਿਉਂ, ਕਿਉਂਕਿ ਘਰ ਮੰਮੀ ਅਨਹੈਪੀ ਹੈ, ਘਰ ਪਾਪਾ ਅਨਹੈਪੀ ਹੈ, ਪਾਪਾ ਕਹਿ ਰਿਹਾ ਤੇਰੀ ਮਾਂ ਜੀ ਜ਼ਿੰਦੀ ਪੱਲੇ ਪਈ ਹੈ, ਮੈਂ ਸੁਖੀ ਨਹੀਂ ਹਾਂ, ਮੰਮੀ ਕਹਿ ਰਹੀ ਹੈ ਤੇਰਾ ਪਿਓ ਮੁਸ਼ਟੰਡਾ ਜਦੋਂ ਪੱਲੇ ਪਿਆ, ਹੈ ਨਾ। ਦਾਦੀ ਕਹਿ ਰਹੀ ਹੈ ਜਿਸ ਦਿਨ ਸੇ ਇਹ ਨੂੰਹ ਸਾਡੇ ਘਰ ਆਈ ਹੈ ਤੇਰੀ ਮਾਂ ਮੁਸੀਬਤ ਪਈ ਹੋਈ ਹੈ, ਹੈ ਨਾ। ਇਹ ਸਾਰੇ ਅਨਹੈਪੀਨੈਸ ਸਾਨੂੰ ਦੇ ਦਿੰਦੇ ਨੇ, ਅਸੀਂ ਵੀ ਅਨਹੈਪੀ ਹੋ ਜਾਂਦੇ ਹਾਂ। ਸੋ ਹੁਣ ਗੇਮ ਮੇਰੇ ਤੋਂ ਸ਼ੁਰੂ ਹੋਏਗੀ ਕਿ ਮੈਂ ਇਹਨਾਂ ਸਾਰਿਆਂ ਦਾ ਕੋਈ ਪੀਅਰ ਪ੍ਰੈਸ਼ਰ ਨਹੀਂ ਲੈਣਾ, ਕੋਈ ਈਵਲਸ ਨਹੀਂ ਲੈਣੇ, ਕਿਉਂਕਿ ਮੈਂ ਨਵੀਂ ਸਮਾਜ ਦੀ ਸਿਰਜਣਾ ਕਰਨੀ ਹੈ। ਲਿਵਿੰਗ ਟ੍ਰੈਜਰ ਪਤਾ ਹੀ ਕਰ ਰਿਹਾ, ਅਸੀਂ ਕੋਈ ਰਿਲੀਜਨ ਨਹੀਂ ਪੜ੍ਹਾ ਰਹੇ, ਅਸੀਂ ਪਤਾ ਹੀ ਕਰ ਰਹੇ ਹਾਂ, ਵੀ ਆਰ ਟਾਕਿੰਗ ਓਨਲੀ ਹਿਊਮੈਨਿਟੀ, ਇਨਸਾਨੀਅਤ। ਆਈਡੀਅਲ ਪਰਸਨ ਕਿਵੇਂ ਬਣਨਾ ਹੈ, ਇਨਸਾਨੀਅਤ ਤਾਂ ਸਭ ਦਾ ਰਿਲੀਜਨ ਹੈ ਨਾ। ਸੋ ਅਸੀਂ ਕੀ ਕਰ ਰਹੇ ਹਾਂ, ਨਵੇਂ ਸਮਾਜ ਦੀ ਸਿਰਜਣਾ ਕਰ ਰਹੇ ਹਾਂ, ਵੀ ਆਰ ਕ੍ਰੀਏਟਿੰਗ ਨਿਆ ਸਮਾਜ। ਆਪ ਕਰ ਲਓ ਨਾ ਹਮਾਰੇ ਸਾਥ, ਇਸ ਕੀ ਮੈਂਬਰਸ਼ਿਪ ਕੋਈ ਨਹੀਂ ਹੈ, ਪੈਸੇ ਕੋਈ ਨਹੀਂ ਦੇਣੇ,
ये गुड क्वालिटीज को जी लो, ये गुड क्वालिटीज के मेंबर बढ़ाते जाओ, दैट्स इट। आपको पता है क्या फायदा होगा? हैप्पीनेस मिलेगी, फ्रस्ट्रेशन जाएगी, एंड यू विल बी हैप्पी कि शुक्र है मैं जिंदगी च कोई चंगा काम कर रहा। दिस इज कॉल्ड हैप्पीनेस। हैप्पीनेस इज नहीं किड़े कॉलेज एडमिशन मिली, हैप्पीनेस नहीं कि मेरे को किन्ने लखा डॉलर ने, हैप्पीनेस नहीं कि मैं किनिया गर्लफ्रेंड एंजॉय करदा, हैप्पीनेस नहीं है कि मैं शराब पीनी आती और मैं टुन नहीं हों किन्ने पैग पींदा, इनमें हैप्पीनेस नहीं है। राइट आंसर हो गया तेजे जी। ओह थैंक यू सर। तुसी दस्या कि असी घरों तंग हो के आने, गाना छा के आने, स्कूल आके फिर असी गाना खाने, टीचर ही डांटा ये जो भी है। ती पहले फीलिंग से गल शुरू की थी स्टार्टिंग दे विच, तुसी क्या कि सानू फिर लोड पैंदी है, फिर आपां रिलेशन ढूंढदे आ। सर तुसी यही दस्या सीगा, ठीक है। फिर सर लास्ट विच आप जी ने दस्या कि यह भी गलत भी है। फिर आप सर असी फिर गोल गोल घूम रहे ना, असी तो उत्थे आ गए घूम के। कितने मतलब गोल घूम गए सर? देखो नहीं मैं तो बचे मैं तो शेयर किया, वो सोल्यूशन नहीं सी, मैं शेयर किया जी हाउ इट हैपन, यह होया किस तरह या होंदा किस तरह। जिसनू प्रॉपर पूरा प्यार करो मिल रहा है, जेड़ा अपनी लाइफ पूरी तरह हैप्पी है, ओनू ते शराब सिगरेट ड्रग और बॉयफ्रेंड गर्लफ्रेंड का सहारा नहीं लेना पैंदा ना, है ना। ਉਹਦੇ ਚੋਂ ਇਹ ਸੋਲੂਸ਼ਨ ਨਿਕਲ ਕੇ ਆਇਆ। ਕਿੱਥੇ ਆ ਗਈ? ਹਾਂ ਉਹਨੂੰ ਉਹਦਾ ਸੋਲੂਸ਼ਨ ਤਾਂ ਨਿਕਲਿਆ ਹੀ ਨਾ, ਉਹਨੇ ਤਾਂ ਆਪਣੀ ਫਰਸਟ੍ਰੇਸ਼ਨ ਕੱਢ ਲਈ ਸ਼ਰਾਬ ਸਿਗਰਟ ਡਰੱਗ ਦੇ ਨਾਲ ਜਾਂ ਆਪਣੇ ਕਿਸੇ ਬੋਏਫ੍ਰੈਂਡ ਗਰਲਫ੍ਰੈਂਡ ਦੇ ਨਾਲ। ਬਸ ਇਹ ਉਹਨੇ ਆਪਣੀ ਫੀਲਿੰਗਸ ਨੂੰ ਤਾਂ ਇੱਥੇ ਹੀ ਰਹਿਣ ਦਿੱਤਾ, ਸਿਰਫ ਆਪਣੀ ਉਹ ਫਰਸਟ੍ਰੇਸ਼ਨ ਐਂਡ ਕੱਢ ਲਈ। ਜਦੋਂ ਬੱਚੇ ਨਾ ਬੋਲੋ ਜਗਜੀਤ ਜਦੋਂ ਬੱਚੇ ਘਰੋਂ ਗੱਲਾਂ ਪਈਆਂ, ਘਰੋਂ ਗੁੱਸਾ ਕੀਤਾ, ਉਸ ਵੇਲੇ ਕੀ ਗੱਲਾਂ ਕਿਸ ਗੱਲ 'ਤੇ ਪਈਆਂ, ਗੁੱਸਾ ਕਿਉਂ ਕੀਤਾ, ਕਿਸ ਬੱਚੇ ਨੂੰ ਪੈਂਦੀਆਂ ਨੇ? ਮੈਂ ਕਿਹਾ ਸੀ ਨਾ ਸ਼ੁਰੂ ਤੋਂ ਹੀ ਆਦਤਾਂ ਪੈ ਰਹੀਆਂ ਜਾ ਰਹੀਆਂ, ਹੈ ਨਾ। ਚਲੋ ਫੋਰ ਐਗਜ਼ਾਮਪਲ 4, 5, 6 ਸਾਲ ਦਾ ਬੱਚਾ ਸੀ ਜਗਜੀਤ, 4, 5, 6 ਸਾਲ ਦਾ ਸੀ। ਜਦੋਂ ਜਗਜੀਤ 4, 5, 6 ਸਾਲ ਦਾ ਸੀ, ਉਹਨੂੰ ਘਰੋਂ ਗੱਲਾਂ ਪਈਆਂ, ਗੁੱਸਾ ਕੀਤਾ, ਕਿ ਉਸ ਵੇਲੇ ਜਗਜੀਤ ਇਹ ਚਾਹੁੰਦਾ ਸੀ ਕਿ ਮੈਂ ਸਿਗਰਟ ਪੀਆਂ ਤਾਂ ਗਾਲਾਂ ਕੱਢੀਆਂ ਨੇ, ਇਹ ਚਾਹੁੰਦਾ ਸੀ ਕਿ ਸ਼ਰਾਬ ਪੀਆਂ ਅਤੇ ਗਾਲਾਂ ਕੱਢੀਆਂ ਨੇ, ਇਹ ਚਾਹੁੰਦਾ ਸੀ ਕਿ ਮੈਨੂੰ ਇੱਕ ਗਰਲਫ੍ਰੈਂਡ ਮਿਲੇ ਤਾਂ ਗਾਲਾਂ ਕੱਢੀਆਂ ਨੇ। ਕਿਸ ਗੱਲ 'ਤੇ ਗਾਲਾਂ ਕੱਢੀਆਂ ਸੀ, ਕਿਉਂ ਗੁੱਸਾ ਕੀਤਾ ਸੀ? ਜੋ ਗੱਲ ਜਗਜੀਤ ਨੂੰ ਪਸੰਦ ਨਹੀਂ ਸੀ। ਬੱਚੇ ਨੂੰ ਨਹੀਂ ਪਸੰਦ ਹੁੰਦਾ ਕਦੀ ਵੀ, ਉਹਨੂੰ ਕਹਿੰਦੇ ਨੇ ਚੰਚਲ ਮਤ ਬਾਰਕ ਬਪਰੇ ਕਿ ਸਰਪ ਅਗਨ ਕਰ ਮੇਲੇ। ਉਹਨੂੰ ਪਤਾ ਨਹੀਂ ਹੁੰਦਾ ਕਿ ਇਹ ਸਾਂਪ ਹੈ ਔਰ ਇਹ ਆਗ ਹੈ, ਮੈਨੇ ਇਸ ਕੋ ਹਾਥ ਨਹੀਂ ਲਗਾਉਣਾ, ਸਮਝ ਨਹੀਂ ਆਉਂਦੀ। ਪਰ ਬੱਚਾ ਕਹਿੰਦਾ ਮੇਰਾ ਗਲਾ ਖਰਾਬ ਹੈ, ਮੈਨੇ ਆਈਸਕ੍ਰੀਮ ਖਾਣੀ ਹੈ, ਮੇਰਾ ਗਲਾ ਖਰਾਬ ਹੈ, ਮੈਨੇ ਤਲੀ ਹੋਈ ਚੀਜ਼ ਖਾਣੀ ਹੈ, ਡਾਕਟਰ ਨੇ ਮਨਾ ਕੀਆ, ਮੰਮੀ ਪਾਪਾ ਮਨਾ ਕਰ ਰਹੇ ਹਾਂ, ਗਾਲਾਂ ਪੈ ਗਈਆਂ, ਗੁੱਸਾ ਕਰ ਦਿੱਤਾ, ਚੰਗਾ ਨਹੀਂ ਲੱਗਾ। ਬੱਚਾ ਕਹਿ ਰਿਹਾ ਮੇਰੇ ਕੋਲ ਪੜ੍ਹਨਾ ਹੀ ਨਹੀਂ ਹੈ, ਉਹਨੇ ਉਹਨੂੰ ਪਤਾ ਨਹੀਂ ਕਿ ਪੜ੍ਹਦੇ ਕਿਉਂ ਆ। ਬੱਚਾ ਕਹਿ ਰਿਹਾ ਮੈਨੇ ਧੁੱਪ ਮੇਂ ਖੇਲਤੇ ਰਹਿਣਾ ਹੈ ਚਾਹੇ ਬੁਖਾਰ ਚੜ੍ਹ ਜਾਏ, ਉਹਨੂੰ ਪਤਾ ਨਹੀਂ ਹੈ ਕਿ ਧੁੱਪ ਵਿੱਚ ਕਿਤਨੀ ਦੇਰ ਖੇਲੀਦਾ ਅਤੇ ਕਿਤਨੀ ਦੇਰ ਨਹੀਂ ਖੇਲੀਦਾ। ਉਹਨੂੰ ਆਪਣੇ ਆਪ ਨੂੰ ਮੈਨੇਜ ਕਰਨਾ ਨਹੀਂ ਆਉਂਦਾ, ਇਨੋਸੈਂਟ ਹੈ। ਪਰ ਇਸ ਇਨੋਸੈਂਸ ਦੇ ਨਾਲ ਆਸਤਾ 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 ਜਦੋਂ ਉਹਨੂੰ ਮਾਂ ਪਿਓ ਦੇ ਕਹਿਣ 'ਤੇ ਗੁੱਸਾ ਚੜ੍ਹਦਾ ਨਾ, ਤਾਂ ਉਹ ਇਗਨੋਰ ਕਰਨਾ ਆਦਤ ਬਣਦੀ ਜਾਂਦੀ ਹੈ, ਇਗਨੋਰੈਂਸ ਵੱਧਦੀ ਗਈ। ਕਰੈਕਟ, ਹਾਊ ਟੂ ਅਵੋਇਡ। ਇਸ ਇਗਨੋਰ ਕਰਨ ਦੇ ਕਾਰਨ, ਅਵੋਇਡ ਕਰਨ ਦੇ ਕਾਰਨ ਕੀ ਹੁੰਦਾ, ਅਸੀਂ ਪੇਰੈਂਟਸ ਨੂੰ ਕਿਸੇ ਤਰ੍ਹਾਂ ਆਪਣੇ ਡੇਲੀ ਲਾਈਫ 'ਚੋਂ ਆਊਟ ਕਰਨਾ ਚਾਹੁੰਦੇ ਹਾਂ, ਜਿਹੜਾ ਪੋਸੀਬਲ ਨਹੀਂ ਹੈ। ਸਾਡਾ ਦਿਲ ਹੁੰਦਾ ਕੋਈ ਔਰ ਘਰ ਹੋ, ਵਾਂ ਚਲਾ ਜਾਓ, ਇਨਸੇ ਰੋਜ਼ ਪੈਸੇ ਮੰਗਣੇ ਪੜਤੇ ਹੈ, ਕਿਤਾਬੇ ਕਾਪੀਓ ਕੇ ਮੰਗਣੇ ਪੜਤੇ ਹੈ, ਪਾਕਿਟ ਖਰਚੀ ਮੰਗਣੀ ਪੜਤੀ ਹੈ। ਅਗਰ ਉਹ ਕਹੀਂ ਸੇ ਮਿਲ ਜਾਏ ਨਾ, ਫਿਰ ਤੋਂ ਮੈਂ ਇਨਕੀ ਬੁੱਧੀ ਵੀ ਨਾ ਦੇਖੋ, ਇੰਝ ਕਹਿੰਦੇ ਨੇ ਬੱਚੇ। ਇਸ ਕਰਕੇ ਉਹ ਜਿਸ ਦਿਨ ਕਮਾਲ ਲੱਗਦੇ ਨੇ, ਉਸ ਦਿਨ ਸਭ ਤੋਂ ਪਹਿਲਾਂ ਮੰਮੀ ਪਾਪਾ ਨੂੰ ਛੋੜ ਕੇ ਚਲੇ ਜਾਂਦੇ ਨੇ, ਅੱਜ ਦੀ ਡੇਟੀ 'ਚ ਹੀ ਹੋ ਰਿਹਾ।
जैसे ही अच्छे नंबर अच्छी कंपनी में लगे, मम्मी मैं बेंगलोर जा रहा हूँ, हम तो लंदन जा रहे हैं, तुम यहाँ पर मरो। क्योंकि बचपन में जब मेरी जान खाते थे, मैं तो सोच ही रहा था तुमसे कैसे जान छुड़ाऊँ, कमा मैं सकता हूँ, छत मेरे को एक और मिल गई है, और मेरे को नर्चर करने वाली एक कुड़ी मिल गई है, और अगर वो कुड़ी भी तंग करेगी तो मैं तलाक लेके कोई और कुड़ी मांग लूंगा, अगर वो कुड़ी भी तंग करेगी तो अपने दुख को छुपाने के लिए मैं शराब पी लूंगा, तुम्हारी जरूरत नहीं है। इग्नोरेंस लेवल, अवॉइडेंस लेवल कितने तक चला गया, है ना? एदा मतलब है जरूर पूछना पड़ेगा, घरों गुस्सा क्यों किया सी, गाला क्यों पईयां सी, स्कूल टीचर ने गुस्सा क्यों किया सी। टीचर नू किसी भी डिग्री पढ़ाने वेले ये सब्जेक्ट नहीं पढ़ाया गया, जब बच्चा कहना ना माने तो उसको कैसे गुस्सा करना है। किसी किताब लिखा मुर्गा बना देना, बैंत मारना है वे, ऐ सरकमस्टांस ने इंज बनाया। जे बच्चा इंज करे ना, टीचर का दिमाग तो खराब नहीं है कि खराब है फिर भी फाइन। हुण घूमे कित्थे मेरे बच्चे? जगजीत जी तुहाडा क्वेश्चन मैनू या समझ नहीं आया, या तुसी क्वेश्चन मैनू पुटअप दोबारा करो। आई डोंट मीन तुहाडा क्वेश्चन गलत है, मैनू जो तुहाडे क्वेश्चन समझ आए मैं उसने ट्राई किया है तुहाडे चरणा तक थले लेट के आंसर करन दा। तुसी मैनू दोबारा पेश करो ताकि मैं तुहाडा दर्द समझ सकां। आई लव टू रीड अदर्स फीलिंग्स। ਘਰ ਵਾਲਿਆਂ ਨਾਲ ਗੱਲ ਦੀ ਨਹੀਂ ਕਰ ਪਾਉਂਦੇ। ਹਾਂਜੀ, ਉਹਨਾਂ ਦੀ ਤਾਂ ਹੋਰੀ ਨਾ ਗੱਲ ਕਿ ਉਹ ਜਦੋਂ ਕਲੀਨਿਕ ਹੀ ਚਾਹਣਗੇ, ਅਸੀਂ ਉਹਨਾਂ ਨਾਲ ਕਹਾਂਗੇ ਕਿ ਇਹ ਲੈਵਲ ਤਿਆਰ ਕਰੋ ਕਿ ਬੱਚੇ ਨਾਲ ਗੱਲਬਾਤ ਹੋ ਸਕੇ। ਸਕੂਲੇ ਆਉਂਦੇ ਹਾਂ, ਸਕੂਲੇ ਵੈਸੇ ਘਰ ਬਣਾਉਣੇ ਦਾ ਕੁਛ ਬੋਲਾਂਗੇ ਤੇ ਹਾਂਜੀ ਬਾਹਰ ਜਾਵਾਂਗੇ। ਯੈਸ, ਜਦੋਂ ਉਹ ਸੈਮੀਨਾਰ ਹੋਏਗਾ ਟੀਚਰਸ ਦਾ, ਚਿਲਡਰਨ ਦਾ ਔਰ ਪੇਰੈਂਟਸ ਦਾ, ਉਹਦੇ ਵਿੱਚ ਅਸੀਂ ਇਹ ਡਿਸਕਸ ਕਰਾਂਗੇ ਕਿ ਬੱਚਿਆਂ ਨੂੰ ਇਹ ਵਾਲਾ ਚਾਂਸ ਵੀ ਦਿਆ ਕਰੋ, ਸਿਲੇਬਸ ਹੀ ਨਾ ਪੜ੍ਹਾਉਂਦੇ ਰਿਹਾ ਕਰੋ।